ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਤੋਰਾ ਫੇਰਾ ਅਤੇ ਮੈਂ ਹਾਂ ਬਲਰਾਜ ਸਿੰਘ ਸਿੱਧੂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਇਸ ਚੈਨਲ 'ਤੇ ਹਾਂ ਪੱਖੀ ਵਿਚਾਰਾਂ ਦੀ ਇਸ ਲੜੀ ਇੱਕ ਲੜੀ ਸ਼ੁਰੂ ਕੀਤੀ ਹੋਈ ਹੈ ਅਤੇ ਅੱਜ ਦੀ ਲੜੀ ਵਿੱਚ ਆਪਾਂ ਕੁਝ ਹਾਂ ਪੱਖੀ ਵਿਚਾਰਾਂ 'ਤੇ ਗੌਰ ਕਰਾਂਗੇ। ਕਹਿੰਦਾ, ਵਕਤ ਹਮੇਸ਼ਾ ਤੁਹਾਡਾ, ਚਾਹੇ ਇਸ ਨੂੰ ਸੌਂ ਕੇ ਗਵਾ ਲਓ ਅਤੇ ਚਾਹੇ ਮਿਹਨਤ ਕਰਕੇ ਕਮਾ ਲਵੋ। ਸਮਾਂ ਵੀ ਝੁੱਕ ਜੂ, ਤੂੰ ਮੂਹਰੇ ਅੜ ਕੇ ਤਾਂ ਦੇਖ, ਸਵਾਦ ਬਹੁਤ ਆਉਂਦਾ। ਸੱਚੀ ਤੂੰ ਜ਼ਿੰਦਗੀ ਨਾਲ ਲੜ ਕੇ ਤਾਂ ਦੇਖ, ਇਕੱਲੇ ਤੁਰਨ ਦੀ ਆਦਤ ਪਾ ਲਾ ਮਿੱਤਰਾ, ਕਿਉਂਕਿ ਇੱਥੇ ਲੋਕ ਸਾਥ ਉਦੋਂ ਛੱਡਦੇ ਆ ਜਦੋਂ ਸਭ ਤੋਂ ਵੱਧ ਲੋੜ ਹੋਵੇ। ਵੱਡੀ ਮੰਜ਼ਿਲ ਦੇ ਮੁਸਾਫਰ ਛੋਟੇ ਦਿਲ ਨਹੀਂ ਰੱਖਿਆ ਕਰਦੇ। ਕਿਸਮਤਾਂ ਮਿਹਨਤ ਕੀਤੀਆਂ ਹੀ ਬਦਲਦੀਆਂ ਨੇ, ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ। ਹਾਲਾਤਾਂ ਅਨੁਸਾਰ ਬਦਲਣਾ ਸਿੱਖ ਲਵੋ, ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ। ਦੂਜਿਆਂ ਦੇ ਤਜਰਬੇ ਤੋਂ ਵੀ ਕੁਝ ਸਿੱਖਣਾ ਪੈਂਦਾ ਜਨਾਬ, ਜ਼ਿੰਦਗੀ ਛੋਟੀ ਪੈ ਜਾਂਦੀ ਹੈ ਖੁਦ ਸਬਕ ਸਿੱਖਦੇ ਸਿੱਖਦੇ। ਆਪਣੀ ਜ਼ਮੀਰ ਨੂੰ ਉੱਚਾ ਕਰ ਮਿੱਤਰਾ, ਵੇਖੀ ਲੋਕਾਂ ਦੇ ਮਹਿਲ ਵੀ ਉਹਦੇ ਅੱਗੇ ਛੋਟੇ ਹੋ ਜਾਣਗੇ। ਖੁਸ਼ੀ ਖੁਦ ਵਿੱਚੋਂ ਲੱਭੋ, ਕਿਸੇ ਹੋਰ ਦਾ ਬੂਹਾ ਖੜਕਾਓਗੇ ਤਾਂ ਦੁੱਖ ਹੀ ਮਿਲੇਗਾ। ਜੀ ਹਾਂ, ਕਿਸੇ ਨੇ ਕਿਹਾ, ਖੁਸ਼ੀ ਖੁਦ ਵਿੱਚੋਂ ਲੱਭੋ, ਕਿਸੇ ਹੋਰ ਦਾ ਬੂਹਾ ਖੜਕਾਓਗੇ ਤਾਂ ਦੁੱਖ ਹੀ ਮਿਲੇਗਾ। ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਮੁਸ਼ਕਲ ਤੋਂ ਮੁਸ਼ਕਲ ਹਾਲਾਤ ਵੀ ਸੁਖਾਲੇ ਹੋ ਜਾਂਦੇ ਨੇ। ਕਹਿੰਦਾ, ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਮੁਸ਼ਕਲ ਤੋਂ ਮੁਸ਼ਕਲ ਹਾਲਾਤ ਵੀ ਸੁਖਾਲੇ ਹੋ ਜਾਂਦੇ ਨੇ। ਦੋਸਤਾਂ, ਮੁਸੀਬਤ ਸਭ 'ਤੇ ਆਉਂਦੀ ਹੈ, ਕੋਈ ਬਿਖਰ ਜਾਂਦਾ ਹੈ ਅਤੇ ਕੋਈ ਨਿਖਰ ਜਾਂਦਾ। ਚੁਗਲੀ ਕਰਨ ਵਾਲੇ ਦੀ ਕਦੇ ਪਰਵਾਹ ਨਾ ਕਰੋ, ਕਿਉਂਕਿ ਪਿੱਠ ਪਿੱਛੇ ਗੱਲ ਕਰਨ ਵਾਲੇ ਹਮੇਸ਼ਾ ਪਿੱਛੇ ਹੀ ਰਹਿ ਜਾਂਦੇ ਨੇ। ਅੱਜ ਹਾਰ ਰਿਹਾ ਤਾਂ ਕੀ ਹੋਇਆ, ਜਿੱਤਣ ਲਈ ਹਾਰਨਾ ਬਹੁਤ ਜ਼ਰੂਰੀ ਹੈ। ਜੀ ਹਾਂ, ਕਿਸੇ ਨੇ ਕਿਹਾ, ਅੱਜ ਹਾਰ ਰਿਹਾ ਤਾਂ ਕੀ ਹੋਇਆ, ਜਿੱਤਣ ਲਈ ਹਾਰਨਾ ਬਹੁਤ ਜ਼ਰੂਰੀ ਹੈ। ਚੰਗੇ ਦਿਨ ਲਿਆਉਣ ਲਈ ਮਾੜੇ ਦਿਨਾਂ ਨਾਲ ਵੀ ਲੜਨਾ ਪੈਂਦਾ। ਚੰਗੇ ਦਿਨ ਲਿਆਉਣ ਲਈ ਕਹਿੰਦਾ ਮਾੜੇ ਦਿਨਾਂ ਨਾਲ ਵੀ ਲੜਨਾ ਪੈਂਦਾ ਅਤੇ ਅਖੀਰ ਵਿੱਚ ਇੱਕ ਦਿਲ ਨੂੰ ਟੁੰਬਣ ਵਾਲੀ ਡੂੰਘੀ ਗੱਲ ਕਹਿੰਦਾ, ਤਕਦੀਰ ਅਤੇ ਫਕੀਰ ਜ਼ਿੰਦਗੀ ਵਿੱਚ ਪਤਾ ਨਹੀਂ ਕਦੋਂ ਕੀ ਦੇ ਜਾਂਦੇ ਨੇ। ਜੀ ਹਾਂ, ਕਹਿੰਦਾ ਤਕਦੀਰ ਅਤੇ ਫਕੀਰ ਜ਼ਿੰਦਗੀ ਵਿੱਚ ਪਤਾ ਨਹੀਂ ਕਦੋਂ ਕੀ ਦੇ ਜਾਂਦੇ ਨੇ। ਤਾਂ ਇਹ ਸੀ ਜੀ ਅੱਜ ਦੇ ਵਿਚਾਰਾਂ ਦੀ ਲੜੀ। ਜੇਕਰ ਤੁਹਾਨੂੰ ਚੰਗੀ ਲੱਗੇ ਤਾਂ ਇਸ ਨੂੰ ਸ਼ੇਅਰ ਕਰਨਾ ਅਤੇ ਲਾਈਕ ਅਤੇ ਕਮੈਂਟ ਜ਼ਰੂਰ ਕਰਨਾ ਜੀ। ਧੰਨਵਾਦ।